ਲਾਈਵ ਦੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਇਸ ਟਾਈਮ ਮੌਜੂਦ ਹਾਂ ਬਾਬਾ ਬਕਾਲਾ ਸਾਹਿਬ ਹਲਕੇ ਦੇ ਵਿੱਚ, ਜਿੱਥੇ ਦੱਸ ਦਈਏ ਕਿ ਕਾਂਗਰਸ ਪਾਰਟੀ ਪੂਰੇ ਜ਼ੋਰਾਂ ਦੇ ਸਰਗਰਮ ਹੈ 2022 ਦੀਆਂ ਵੋਟਾਂ ਨੂੰ ਲੈ ਕੇ। ਉੱਥੇ ਸਾਡੇ ਨਾਲ ਮੌਜੂਦ ਨੇ ਹਲਕਾ ਵਿਧਾਇਕ, ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕਿ 2022 ਦੀਆਂ ਇਲੈਕਸ਼ਨਾਂ ਸਿਰ 'ਤੇ ਜੋ ਇਹਨਾਂ ਦਾ ਆਪਣੇ ਮੁੜਕਾ ਰਹੀਆਂ ਨੇ, ਉਹਨਾਂ ਨੂੰ ਲੈ ਕੇ ਇੱਥੇ ਵਿਕਾਸ ਪੱਖੀ ਬਾਬਾ ਬਕਾਲਾ ਸਾਹਿਬ ਹਲਕੇ ਦੇ ਵਿੱਚ ਇਹਨਾਂ ਨੇ ਬਹੁਤ ਨੇਕ ਕੰਮ ਕੀਤੇ ਨੇ, ਉਹਨਾਂ ਨੂੰ ਲੈ ਕੇ ਇਹਨਾਂ ਨਾਲ ਅੱਜ ਯੂਥ ਕਾਫੀ ਜੂਮ ਵਿੱਚ ਇਕੱਠਾ ਹੋਇਆ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਤੁਹਾਡੇ ਬਾਬਾ ਬਕਾਲਾ ਸਾਹਿਬ ਹਲਕੇ ਤੋਂ ਵਿਧਾਇਕ ਨਾਲ ਕਿ ਤੁਹਾਨੂੰ ਇੱਥੋਂ ਦਾ ਕਿਵੇਂ ਹੰਗਾਰਾ ਮਿਲ ਰਿਹਾ, ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕਿਵੇਂ ਦਾ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਕਿ ਕਿਵੇਂ ਦੀ ਜਿੱਤ ਲੈ ਕੇ ਤੁਸੀਂ 2022 ਦੀ ਲੈ ਕੇ ਜਾਓਗੇ? ਵੇਖੋ ਜੀ, ਮੈਂ ਧੰਨਵਾਦੀ ਹਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ, ਜਿਨ੍ਹਾਂ ਨੇ ਹਲਕਾ ਬਾਬਾ ਬਕਾਲਾ ਵੱਲ ਖਾਸ ਧਿਆਨ ਦੇ ਕੇ ਬੜੇ ਬੜੇ ਪ੍ਰੋਜੈਕਟ ਦਿੱਤੇ ਸਾਨੂੰ, ਔਰ ਬਾਬਾ ਬਕਾਲਾ ਸਾਹਿਬ ਦਾ ਜਿਹੜਾ ਵਾ ਬਹੁਤ ਵੱਡਾ ਵਿਕਾਸ ਕਰਾਇਆ, ਕਿਉਂਕਿ 400 ਸਾਲੇ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਬਹੁਤ ਕੰਮ ਕਰਾਇਆ, ਔਰ ਨਗਰ ਪੰਚਾਇਤ ਜਿਹੜੀ ਆ ਬਾਬਾ ਬਕਾਲਾ ਨੂੰ ਬਣਾ ਕੇ ਦਿੱਤੀ, ਔਰ ਬਿਆਸ ਦੇ ਵਿੱਚ ਸਾਨੂੰ ਇੱਕ ਸਾਨੂੰ ਤਹਿਸੀਲ ਸਬ ਤਹਿਸੀਲ ਦਿੱਤੀ ਆ, ਉਹਦੇ ਨਾਲ ਹੀ ਬੜਾ ਵੱਡਾ ਸਾਡੇ ਹਲਕੇ ਨੂੰ ਫਾਇਦਾ ਮਿਲਿਆ। ਇੱਕ ITI ਜਿਹੜੀ ਆ ਲੈ ਕੇ ਦਿੱਤੀ, ਉਹ ਬੜੀ ਵੱਡੀ ਗੱਲ ਆ ਕਿ ਹਲਕੇ ਦੇ ਲੋਕ ਜਿਹੜੇ ਆ ਸਾਡੇ, ਉਹਨਾਂ ਨੂੰ ਔਰ ਲਾਗਲੇ ਹਲਕਿਆਂ ਵਾਲੇ ਬੱਚਿਆਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ, ਕਿਉਂਕਿ ਇੱਥੇ ਹਰ ਇੱਕ ਤਰ੍ਹਾਂ ਦਾ ਕੋਰਸ ਜਿਹੜਾ ਉਹ ਦਿੱਤਾ ਜਾਣਾ ਹੈ, ਕਰਾਇਆ ਜਾਣਾ ਹੈ, ਉਹਦੇ ਨਾਲ ਸਾਡੇ ਬੱਚੇ ਜਿਹੜੇ ਆ ਪੜ੍ਹ ਲਿਖ ਕੇ ਔਰ ਚੰਗੀ ਤਲੀਮ ਲੈ ਕੇ ਜਾ ਕੇ ਨੌਕਰੀਆਂ 'ਤੇ ਲੱਗਣਗੇ, ਇਹ ਬੜਾ ਵੱਡਾ ਫਾਇਦਾ ਹੋਇਆ। ਔਰ ਹਲਕੇ ਦੇ ਵਿਕਾਸ ਜਿਹੜਾ ਦੀ ਗੱਲ ਕਰ ਲਈਏ, 350 ਕਿਲੋਮੀਟਰ ਸੜਕ ਜਿਹੜੀ ਸਾਡੀ 13 ਸਾਲ ਤੋਂ ਬਣੀ ਨਹੀਂ ਸੀ, ਬਹੁਤ ਖਸਤਾ ਹਾਲ ਸੀ, ਉਹ ਸਾਰੀ ਸਹੀ ਸਾਡੀ ਮੁਕੰਮਲ ਹੋ ਗਈ ਆ। ਹੁਣ ਜਿੰਨੇ ਹਰ ਪਿੰਡ ਦੇ ਵਿੱਚ ਜਿਹੜੀਆਂ ਇੰਟਰਲੋਕ ਲੱਗੀ ਆ, ਕੋਈ ਪਿੰਡ ਇਹੋ ਜਿਹਾ ਨਹੀਂ ਗਾ ਜਿੱਥੇ ਵਿਕਾਸ ਦੇ ਪਿੱਛੋਂ ਪਿੱਛੇ ਹੋਵੇ, ਔਰ ਛੱਪੜਾਂ ਦੀਆਂ ਖਲਾਈਆਂ ਕੀਤੀਆਂ ਗਈਆਂ ਵਾ, ਪਾਰਕਾਂ ਬਣਾਈਆਂ ਗਈਆਂ ਵਾ, ਸਟੇਡੀਅਮ ਜਿਹੜੇ ਉਹ ਬਣ ਰਹੇ ਨੇ ਸਾਡੇ ਹਲਕੇ ਦੇ ਵਿੱਚ, ਔਰ ਹਰ ਇੱਕ ਤਰ੍ਹਾਂ ਹਰ ਇੱਕ ਪੱਖੋਂ ਲੋਕ ਜਿਹੜੇ ਸਾਡੇ ਖੁਸ਼ ਆ। ਔਰ ਜਿਵੇਂ ਜ਼ਿਮੀਂਦਾਰਾਂ ਦਾ ਗੱਲ ਕਰ ਲਈਏ ਤਾਂ 2 ਲੱਖ ਰੁਪਈਆ ਕਰਜ਼ਾ ਮਾਫ਼ ਕੀਤਾ, ਜਿਹੜੇ SC ਭਰਾ ਸਾਡੇ ਉਹਨਾਂ ਦਾ ਜਿੰਨਾ ਵੀ ਕਰਜ਼ਾ ਸੀਗਾ ਆਪਣੇ ਐਕਸਿਸ ਦਾ, ਆਪਣੇ SC ਕਾਰਪੋਰੇਸ਼ਨ ਦਾ, ਸਾਰਾ ਹੀ ਮਾਫ਼ ਕਰ ਦਿੱਤਾ। ਔਰ ਪੈਨਸ਼ਨ ਜਿਹੜੀ ਆ ਉਹ 250 ਤੋਂ ਚੁੱਕ ਕੇ ਅੱਜ 1500 ਰੁਪਈਆ ਪੈਨਸ਼ਨ ਕਰ ਦਿੱਤੀ ਆ। ਸਗਨ ਸਕੀਮ ਜਿਹੜੀ ਆ 21,000 ਤੋਂ 51,000 ਕਰ ਦਿੱਤੀ ਆ। ਔਰ ਅੱਜ ਅਸੀਂ ਕਈਆਂ ਪਿੰਡਾਂ ਦੇ ਵਿੱਚ ਪਲਾਟ ਵੰਡਣ ਦੀ ਯੋਜਨਾ ਬਣਾਈ ਆ, ਉਹ ਵੀ ਅਸੀਂ ਜਲਦ ਜਿਹੜੇ ਆ ਉਹਨਾਂ ਨੂੰ ਪਲਾਟ ਦੇਣ ਲੱਗੇ ਹਾਂ। ਕਈਆਂ ਪਿੰਡਾਂ ਵਿੱਚ ਤਿਆਰੀ ਹੋ ਗਈ ਆ, ਕਈਆਂ 'ਚ ਹੋਣ ਵਾਲੀ ਆ, ਜਿਹੜੇ ਤਿਆਰੀ ਹੋ ਗਈ ਅਸੀਂ ਜਲਦੀ ਉਹਨਾਂ ਨੂੰ ਪਲਾਟ ਵੰਡਣ ਲੱਗੇ ਹਾਂ, ਕਿਉਂਕਿ ਹਲਕਾ ਸਾਡਾ ਬੜਾ ਵਧੀਆ ਹਲਕਾ, ਲੋਕ ਕਾਂਗਰਸ ਪਾਰਟੀ ਦੇ ਨਾਲ ਆ। ਪਿੱਛੇ ਇਲੈਕਸ਼ਨਾਂ ਤੁਹਾਨੂੰ ਪਤਾ ਮਿਊਂਸਪਲ ਕਮੇਟੀ ਰਹੀਏ ਦੀਆਂ ਹੋਈਆਂ ਵਾ, ਨਗਰ ਪੰਚਾਇਤ ਰਹੀਏ ਦੀਆਂ, ਉੱਥੇ ਅਸੀਂ 13 ਦੀਆਂ 13 ਸੀਟਾਂ ਜਿੱਤੀਆਂ, 1 ਸੀਟ ਸਾਡੀ ਟਾਸ਼ ਦੇ ਉੱਤੇ ਰਹਿ ਗਈ, 12 ਦੀਆਂ 12 ਮੁਕੰਮਲ ਸਾਡੀ ਜਿਹੜੀ ਆ ਉਹ ਕਮੇਟੀ ਬਣੀ ਆ। ਹਲਕੇ ਦੇ ਵਿੱਚ ਸਾਡੇ 145 ਸਰਪੰਚ, ਜਿਨ੍ਹਾਂ 'ਚੋਂ 138 ਸਰਪੰਚ ਜਿਹੜੇ ਆ ਉਹ ਕਾਂਗਰਸ ਪਾਰਟੀ ਦੇ ਬਣੇ, ਔਰ ਦੋਵੇਂ ਹੀ ਬਲਾਕ ਸੰਮਤੀਆਂ ਦੇ ਸਾਡੇ ਟੋਟਲ ਸੰਮਤੀ ਮੈਂਬਰ ਅਤੇ ਚੇਅਰਮੈਨ ਦੋਵੇਂ ਸਾਡੇ ਜਿਹੜੇ ਆ ਕਾਂਗਰਸ ਪਾਰਟੀ ਦੇ ਬਣੇ, ਔਰ ਮਾਰਕੀਟ ਕਮੇਟੀ ਦੇ ਦੋਵੇਂ ਚੇਅਰਮੈਨ, ਜਾਣੀ ਬਾਬੇ ਦੀ ਕਿਰਪਾ ਵਾ ਕਿ ਸਾਡਾ ਹਲਕਾ ਜਿਹੜਾ ਵਾ ਬੜਾ ਐਡਵਾਂਸ ਆ। ਔਰ ਪਿੱਛੇ MP ਇਲੈਕਸ਼ਨ ਹੋਈ, MP ਦੀ ਚੋਣ ਵਿੱਚ ਅਸੀਂ 26,400 ਦੀ ਲੀਡ ਜਿਹੜੀ ਹਲਕਾ ਨਿਵਾਸੀਆਂ ਨੇ ਸਾਨੂੰ ਦਿੱਤੀ ਆ, ਔਰ ਸਾਡੇ ਜਿਹੜੇ ਸਰਪੰਚ ਆ ਮਿਹਨਤੀ ਆ, ਕੰਮ ਕਰਨ ਦਾ ਇਹਨਾਂ ਦੇ ਦਿਲ ਵਿੱਚ ਜਜ਼ਬਾ ਹੈ, ਔਰ ਅਸੀਂ ਇਹਨਾਂ ਨੂੰ ਗ੍ਰਾਂਟ ਵੱਲੋਂ ਕਿਸੇ ਕਿਸਮ ਦੀ ਘਾਟ ਨਾ ਆਉਣ ਦਿੱਤੀ ਆ ਅਤੇ ਨਾ ਆਉਣ ਦੇਵਾਂਗੇ। ਥੋੜ੍ਹੇ ਦਿਨਾਂ ਦੇ ਵਿੱਚ ਇਹਨਾਂ ਨੂੰ ਫਿਰ ਅਸੀਂ ਜਿਹੜੀ ਆ ਗ੍ਰਾਂਟ ਦੇਣ ਲੱਗੇ ਹਾਂ। ਇਹ ਕਰਕੇ ਜੋ ਸਾਡੇ ਹਲਕੇ ਦੀ ਗੱਲ ਕਰ ਲਈਏ ਅਤੇ ਘੱਟ ਤੋਂ ਘੱਟ 30,000 ਦੀ ਲੀਡ ਜਿਹੜੀ ਆ ਸਾਡਾ ਹਲਕਾ ਜਿਹੜਾ ਦਊਗਾ, ਜੋ ਸਾਡੇ ਅੱਜ ਦੇ ਕੰਮਾਂ ਦੀ ਗੱਲ ਕਰ ਲਈਏ, ਲੋਕਾਂ ਦੀ ਆਵਾਜ਼ ਦੀ ਗੱਲ ਕਰ ਲਈਏ, ਅਤੇ ਇੰਨੀ ਜਿਹੜੀ ਸਾਡੀ ਲੀਡ ਜਿਹੜੀ ਆ ਕਾਂਗਰਸ ਪਾਰਟੀ ਦੀ ਹਲਕੇ 'ਚੋਂ। ਅੱਜ ਤੁਹਾਡੇ ਨਾਲ ਦੇਖਣ ਨੂੰ ਮਿਲ ਰਿਹਾ ਕਿ ਅੰਕੜੇ ਦੇ ਵਿੱਚ ਹਿਸਾਬ ਨਾਲ ਹਜ਼ੂਮ ਤੁਹਾਡੇ ਨਾਲ ਨੌਜਵਾਨ ਦਾ, ਤੁਹਾਨੂੰ ਕੀ ਲੱਗ ਰਿਹਾ ਕਿ ਨੌਜਵਾਨ ਵਰਗ ਜੇਕਰ ਜਿੱਧਰ ਹੋ ਜਾਂਦਾ ਤਖਤ ਪਲਟ ਜਾਂਦਾ, ਅੱਜ ਤੁਹਾਨੂੰ ਕੀ ਲੱਗ ਰਿਹਾ ਕਿ ਤਲਖ ਪਲਟਣ ਦੀ ਇੱਕ ਸ਼ੁਰੂਆਤ ਹੈ ਇਸ ਚੀਜ਼ ਦੀ? ਦੇਖੋ ਜੀ, ਨੌਜਵਾਨ ਜਿਹੜਾ ਵਾ ਇਹ ਸਾਡੇ ਦੇਸ਼ ਦਾ ਭਵਿੱਖ ਆ, ਇਸੇ ਤਰ੍ਹਾਂ ਸਾਡੇ ਹਲਕੇ ਦੇ ਵਿੱਚ ਜਿਹੜੇ ਆ ਨੌਜਵਾਨਾਂ ਦੀ ਸਾਨੂੰ ਲੋੜ ਆ। ਨੌਜਵਾਨ ਜਿਹੜੇ ਆ ਡਟ ਕੇ ਸਾਡੇ ਨਾਲ ਖੜ੍ਹੇ ਆ, ਇਲੈਕਸ਼ਨਾਂ ਦੇ ਵਿੱਚ ਸਾਨੂੰ ਜਿਤਾਉਂਦੇ ਆ,
ਔਰ ਉਸੇ ਲੜੀ ਹੇਠ ਅੱਜ ਹਲਕੇ ਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਦਲਸ਼ੇਰ ਸਿੰਘ ਜੀ ਸਾਡੇ ਆਏ ਨੇ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਔਰ ਹਲਕੇ ਦੀ ਅਸੀਂ ਟੀਮ ਬਣਾਈ ਅੱਜ ਜਿਹਦੇ ਵਿੱਚ ਸਾਡੇ ਰਈਏ ਤੋਂ ਜੋਸ਼ੀ ਜੀ ਨੂੰ ਪ੍ਰਧਾਨ ਬਣਾਇਆ ਵਾਂ ਔਰ ਇੱਧਰ ਸਾਡੇ ਰਾਮਪੁਰ ਤੋਂ ਜਗਰਾਜ ਸਿੰਘ ਜੀ ਨੂੰ ਪ੍ਰਧਾਨ ਬਣਾਇਆ ਵਾਂ ਔਰ ਉਹ ਸਾਡੇ ਖਡੂਰ ਸਾਹਿਬ ਦੇ ਨੇ ਵਾਈਸ ਪ੍ਰਧਾਨ ਇਸੇ ਤਰ੍ਹਾਂ ਬਣਾਏ ਐੱਸ ਸੀ ਸੈੱਲ ਦੇ ਇਸੇ ਤਰ੍ਹਾਂ ਬਣਾਏ ਨੇ ਔਰ ਰਈਏ ਸ਼ਹਿਰੀ ਦਾ ਜਿਹੜਾ ਵਾ ਪ੍ਰਧਾਨ ਬਣਾਇਆ ਵਾ ਕਿਉਂਕਿ ਯੂਥ ਜਿਹੜਾ ਵਾ ਇਹਦੀ ਸਾਨੂੰ ਬੜੀ ਲੋੜ ਆ ਔਰ ਯੂਥ ਹਲਕੇ ਦੇ ਵਿੱਚ ਡਟ ਕੇ ਜਿਹੜਾ ਵਾ ਸਾਡੇ ਨਾਲ ਖੜਾ ਹੈ ਔਰ ਸਾਨੂੰ ਆਸ ਹੈ ਕਿ ਆਉਣ ਵਾਲੀ ਇਲੈਕਸ਼ਨ ਨੂੰ ਜਿਹੜੀ ਆ ਯੂਥ ਜਿਹੜੀ ਆ ਤਕੜੇ ਹੋ ਕੇ ਸਾਡੇ ਨਾਲ ਲੜ ਕੇ ਜਿਤਾਊਗੀ ਔਰ ਇਸੇ ਤਰ੍ਹਾਂ ਪਿਛਲੀਆਂ ਚੋਣਾਂ ਵਿੱਚ ਯੂਥ ਨੇ ਸਾਨੂੰ ਡਟ ਕੇ ਮਦਦ ਦਿੱਤੀ ਆ ਇਸੇ ਕਰਕੇ ਹੀ ਸਾਰੀਆਂ ਚੋਣਾਂ ਜਿਹੜੀਆਂ ਜਿੱਤੀਆਂ ਇਸੇ ਤਰ੍ਹਾਂ ਦੱਸ ਰਹੇ ਨੇ ਕਿ ਔਰ ਹਲਕਾ ਵਿਧਾਇਕ ਦੱਸ ਰਹੇ ਨੇ ਕਿ ਜੋ ਕਿ 2022 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਪੂਰੇ ਸਰਗਰਮ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਜੋ ਨੀਤੀਆਂ ਦੇ ਹੇਠ ਔਰ ਆਉਣ ਵਾਲੇ ਸਮੇਂ ਨੂੰ ਲੈ ਕੇ ਇਹ 2022 ਦੀਆਂ ਇਲੈਕਸ਼ਨਾਂ ਜਿਹੜੀਆਂ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਕੈਮਰਾਮੈਨ ਰਾਹੁਲ ਦੇ ਨਾਲ ਵਿਸ਼ਵਜੀਤ ਸਿੰਘ।